ਆਪਣੇ ਡੇਰਾ ਰੋਡ ਰਮਦਾਸ ਏਰੀਆ ਉੱਥੇ ਧਰਮਕੋਟ ਰੰਧਾਵਾ ਰੋਡ ਸਾਡਾ ਕੰਡਾ ਵਾ ਉੱਥੇ ਅਸੀਂ ਉੱਥੇ ਬੈਠੇ ਹਾਂ ਆਪਣੇ ਦੇ ਉੱਧਰੋਂ 5-7 ਗੱਡੀਆਂ ਦੇ 15-20 ਜਣੇ ਮੁੰਡੇ ਆਏ ਉਹਨਾਂ ਨੇ ਸਾਡੇ 'ਤੇ ਬਹੁਤ ਜ਼ਿਆਦਾ ਗੋਲੀਆਂ ਚਲਾਈਆਂ 20-30 ਫਾਇਰ ਕੀਤੇ ਸਾਨੂੰ ਪਤਾ ਨਹੀਂ ਅਸੀਂ ਭੱਜ ਕੇ ਆਪਣੀ ਜਾਨ ਬਚਾਈ ਆ ਭੱਜ ਭੱਜ ਆਪਣੀ ਜਾਨ ਬਚਾਈ ਜੇ ਅਸੀਂ ਨਾ ਉੱਥੋਂ ਭੱਜਦੇ ਤਾਂ ਸਾਡੀ ਡੈਥ ਹੋਈ ਨਹੀਂ ਸਾਡੇ ਲਾਗੋਂ ਦੀ ਉੱਥੇ ਪਾਣੀ 'ਚ ਗੋਲੀਆਂ ਵੱਜਦੀਆਂ ਸੀ ਵੇਖੀਆਂ ਲਾਗੇ ਝੋਨੇ 'ਚ ਘੱਟੋ ਘੱਟ 20-25 ਬੰਦੇ ਸੀ ਜਿਨ੍ਹਾਂ ਨੇ ਵੀ 5-7 ਗੱਡੀਆਂ ਦੇ ਵਿੱਚ ਸਾਰਿਆਂ ਕੋਲ ਹੀ ਵੈਪਨ ਸੀ ਅੱਜ ਜਿਹੜੀ ਇੱਥੇ ਇੱਕ ਦੂਜੇ ਦੇ ਨਾਲ ਇਹਨਾਂ ਦੀ ਜਿਹੜੀ ਤਕਰਾਰ ਹੋਈ ਹੈ ਉਹਨਾਂ ਵੱਲੋਂ ਇਹਨਾਂ ਦੇ ਫਾਇਰ ਵੀ ਕੀਤੇ ਗਏ ਆ ਜਿਹੜੇ ਕਿਸੇ ਦੇ ਲੱਗੇ ਨਹੀਂ ਆ ਜਿਹੜੇ ਮੌਕੇ ਤੋਂ ਖੋਲ ਮਿਲੇ ਇਹਨਾਂ ਦੇ ਜਿਹੜੇ ਫਾਇਰਾਂ ਦੇ ਸਭ ਕਿਹੜੀ ਸਰ ਬਹੁਤ ਮਾੜੀ ਘਟਨਾ ਵਾਪਰੀ ਅਸੀਂ ਆਪਣੇ ਡੇਰਾ ਰੋਡ ਰਮਦਾਸ ਏਰੀਆ ਉੱਥੇ ਧਰਮਕੋਟ ਰੰਧਾਵਾ ਰੋਡ ਸਾਡਾ ਕੰਡਾ ਵਾ ਉੱਥੇ ਅਸੀਂ ਉੱਥੇ ਬੈਠੇ ਹਾਂ ਆਪਣੇ ਦੇ ਉੱਧਰੋਂ 5-7 ਗੱਡੀਆਂ ਦੇ 15-20 ਜਣੇ ਮੁੰਡੇ ਆਏ ਉਹਨਾਂ ਨੇ ਸਾਡੇ 'ਤੇ ਬਹੁਤ ਜ਼ਿਆਦਾ ਗੋਲੀਆਂ ਚਲਾਈਆਂ 20-30 ਫਾਇਰ ਕੀਤੇ ਸਾਨੂੰ ਪਤਾ ਨਹੀਂ ਅਸੀਂ ਭੱਜ ਕੇ ਆਪਣੀ ਜਾਨ ਬਚਾਈ ਆ ਵੇਖੋ ਸਾਡੇ ਸੱਟਾਂ ਲੱਗੀਆਂ ਵੀ ਸੱਟ ਲੱਗੀ ਜਿਹੜੀ ਉਹ ਵੀ ਛਿੱਲੀ ਗਈ ਬਹੁਤ ਮਾੜਾ ਹਾਲ ਹੋਇਆ ਸਾਡਾ ਉੱਥੇ ਅਸੀਂ ਭੱਜ ਭੱਜ ਆਪਣੀ ਜਾਨ ਬਚਾਈ ਜੇ ਅਸੀਂ ਨਾ ਉੱਥੋਂ ਭੱਜਦੇ ਤਾਂ ਸਾਡੀ ਡੈਥ ਹੋਈ ਨਹੀਂ ਸਾਡੇ ਲਾਗੋਂ ਦੀ ਉੱਥੇ ਪਾਣੀ 'ਚ ਗੋਲੀਆਂ ਵੱਜਦੀਆਂ ਸੀ ਵੇਖੀਆਂ ਲਾਗੇ ਝੋਨੇ 'ਚ ਘੱਟੋ ਘੱਟ 20-25 ਬੰਦੇ ਸੀ ਜਿਨ੍ਹਾਂ ਨੇ ਵੀ 5-7 ਗੱਡੀਆਂ ਦੇ ਵਿੱਚ ਸਾਰਿਆਂ ਕੋਲ ਹੀ ਵੈਪਨ ਸੀ ਇਕੱਲੇ ਇਕੱਲੇ ਦੇ ਕੋਲ ਉਹਨਾਂ ਕੁਝ ਨਹੀਂ ਵੇਖਿਆ ਵੀ ਕਿੱਦਾਂ ਉਹ ਫੈਰ ਉਹ ਸਿੱਧੀਆਂ ਗੋਲੀਆਂ ਨਾਲ ਸਾਡਿਆਂ ਨੂੰ ਚਲਾਈਆਂ ਪਹਿਚਾਣ ਚੋਂ ਲਾਗੇ ਪਿੰਡ ਦੇ 5-4 ਮੁੰਡੇ ਉਹ ਪਹਿਚਾਣ ਦੇ ਬਾਕੀ ਲਾਂਭ ਦੇ ਪਿੰਡ ਦੇ ਉਦੋਂ ਖੋਲ ਵੀ ਬਰਾਮਦ ਹੋਏ ਆ 5-7 ਬਾਕੀ ਉਹ ਰਿਕਵਰ ਕਰਕੇ ਨਾਲ ਹੀ ਲੈ ਗਏ ਕਿਤੇ ਆਪਣੇ ਨਾਲ ਅਸੀਂ ਕਹਿੰਦੇ ਵੀ ਸਾਨੂੰ ਜਿਹੜੀ ਕਾਰਵਾਈ ਹੋਣੀ ਚਾਹੀਦੀ ਸਾਨੂੰ ਜਿਹੜੀ ਵੀ ਸਾਡੇ 'ਤੇ ਹਮਲਾ ਆਇਆ ਇਨਸਾਫ਼ ਮਿਲਣਾ ਚਾਹੀਦਾ ਜੀ ਨੁਕਸਾਨ ਸਾਡੀ ਗੱਡੀ ਬਹੁਤ ਜ਼ਿਆਦਾ ਭੰਨਤੀ ਹੈ ਉੱਥੇ ਜਿਹੜੀ ਅਸੀਂ ਗੱਡੀ ਆਪਣੇ ਕੰਡੇ ਦੇ ਖਿਲਾਰ ਕੇ ਬੈਠੇ ਹਾਂ ਹਾਂਜੀ ਅਤੇ ਆਪ ਜੇ ਅਸੀਂ ਨਾ ਭੱਜਦੇ ਤਾਂ ਸਾਡੀ ਉੱਥੇ ਡੈਥ ਹੋਏ ਨਹੀਂ ਹਾਂਜੀ ਇਹ ਜੀ ਸ਼ਾਮ ਵੇਲੇ ਸਾਨੂੰ ਮਿਲੇ ਸੀ ਇੱਥੇ ਪਤਾ ਲੱਗਾ ਸਾਨੂੰ ਦੋਨਾਂ ਧਿਰਾਂ ਦੇ ਵਿੱਚ ਤਕਰਾਰ ਹੋਇਆ ਆਪਸੀ ਇਹਨਾਂ ਦਾ ਲੋਕਲ ਬੰਦੇ ਨੇ ਇੱਥੇ ਪਿੰਡਾਂ ਦੇ 2 ਦਿਨ ਪਹਿਲਾਂ ਇਹਨਾਂ ਦਾ ਕੋਈ ਫੈਸਲਾ ਸੀ 70-76 ਮਨਿੰਦਰ ਵਿੱਕੀ ਆ ਉਹਦੇ ਘਰ ਦਾ ਕੋਈ ਫੈਸਲਾ ਸੀਗਾ ਇਹਦਾ ਸਾਲਾ ਕੋਮਰਪ੍ਰੀਤ ਹੈ ਸਹਿਜਾਦੇ ਪਿੰਡ ਤੋਂ ਸਠਿਆਲੇ ਪਿੰਡ ਤੋਂ ਸੋਰੀ ਉਹ ਇਹ ਕਰਵਾਉਣ ਵਾਸਤੇ ਆਇਆ ਸੀ ਨਾਲੇ ਦੇ ਕੋਈ ਬੰਦੇ ਆਏ ਸੀਗੇ ਇਹ ਜਿਹੜੇ ਮਦਈ ਢੇਰ ਵਾਲੇ ਬੰਦੇ ਇਹ ਵੀ ਉੱਥੇ ਫੈਸਲੇ ਵਿੱਚ ਸੀਗੇ ਇਹਨਾਂ ਦੀ ਕੋਈ ਨੋਕ ਝੋਕ ਹੋਈ ਸੀ ਉਸ ਦਿਨ ਜਿਸ ਦੌਰਾਨ ਉਸ ਦਿਨ 'ਤੇ ਵਾਪਸ ਆ ਗਏ ਫੈਸਲਾ ਕਰਕੇ ਬਾਅਦ 'ਚ ਇਹਨਾਂ ਦੀ ਕੋਈ ਤੂੰ ਤੂੰ ਮੈਂ ਚੱਲਦੀ ਰਹੀ ਫੋਨਾਂ 'ਤੇ ਅੱਜ ਜਿਹੜੇ ਇੱਥੇ ਇੱਕ ਦੂਜੇ ਦੇ ਨਾਲ ਇਹਨਾਂ ਦੀ ਜਿਹੜੀ ਤਕਰਾਰ ਹੋਈ ਹੈ ਉਹਨਾਂ ਵੱਲੋਂ ਇਹਨਾਂ ਦੇ ਫਾਇਰ ਵੀ ਕੀਤੇ ਗਏ ਆ ਜਿਹੜੇ ਕਿਸੇ ਦੇ ਲੱਗੇ ਨਹੀਂ ਆ ਜਿਹੜੇ ਮੌਕੇ ਤੋਂ ਖੋਲ ਮਿਲੇ ਇਹਨਾਂ ਦੇ ਜਿਹੜੇ ਫਾਇਰਾਂ ਦੇ ਇਹ ਧਿਰ ਹੈਗੀ ਆ ਇੰਦਰਜੀਤ ਸਿੰਘ ਸਾਬਕਾ ਸਰਪੰਚ ਨੇ ਸਹਿਜਾਦੇ ਪਿੰਡ ਦੇ ਨਾਲ ਜੋਬਨਪ੍ਰੀਤ ਮੁੰਡਾ ਗੁਰਚੱਕ ਦਾ ਆ ਅਤੇ ਚਲਾਉਣ ਵਾਲੇ ਠੇਠਰ ਕੇ ਪਿੰਡ ਦੇ ਮੁੰਡੇ ਨੇ ਕੁਛ ਕੋਮਲਪ੍ਰੀਤ ਹੈਗਾ ਸਠਿਆਲੇ ਪਿੰਡ ਦਾ ਇਹਨਾਂ ਦੇ ਨਾਲ ਕੁਛ 4-5 ਮੁੰਡੇ ਇੱਧਰੋਂ ਹੋਰ ਰਲੇ ਆ ਰਤਰ-76 ਦੇ ਸਭੀ ਰਤਰ-76 ਦਾ ਵੀ ਸ਼ਾਇਦ ਹੈਗਾ ਧਰਮਕੋਟ ਪੱਤਨ ਦੇ ਜਿਨ੍ਹਾਂ ਦੇ ਨਾਂ ਛੋਟੇ ਨਾਂ ਇਹਨਾਂ ਨੇ ਲਿਖਵਾਏ ਸਾਨੂੰ ਕਲੀਅਰ ਕਰ ਰਹੇ ਬਾਕੀ ਸਰ ਉਹਨਾਂ ਦਾ ਸਰ ਕੀ ਕਾਰਵਾਈ ਕੀਤੀ ਹੈ ਇਹਨਾਂ ਦੇ ਖਿਲਾਫ਼ ਕੇਸ ਰਜਿਸਟਰ ਕਰਤਾ ਜੀ ਅਸੀਂ ਕੇਸ ਤਾਂ 307 'ਚ ਦਰਜ ਹੋਊਗਾ ਜੀ ਫਾਇਰ ਕੀਤੇ ਉਹਨਾਂ ਨੇ ਬਾਕੀ ਤਫਤੀਸ਼ ਚੱਲ ਰਹੀ ਹੈ ਨਾਲ ਦੀ ਨਾਲ ਦੇਖਦੇ ਹਾਂ ਸਾਨੂੰ 4 ਫੋਨ ਜਿਹੜੇ ਮੌਕੇ ਤੋਂ ਮਿਲੇ ਆ ਅਜੇ ਤੱਕ ਇੰਜਰੀ ਬਾਰੇ ਤਾਂ ਕਲੀਅਰ ਨਹੀਂ ਹੋ ਸਕਿਆ ਅਤੇ ਖੋਲ ਜਿਹੜੇ ਉਹ 4 ਮਿਲੇ ਫਾਇਰਾਂ ਦੇ ਇਹ ਰਤਰ-76 ਦਾ ਵਾਕਿਆ ਪੈਂਦਾ ਧਰਮਕੋਟ ਆਪਣੀ ਧਰਮਕੋਟ ਤੋਂ ਅੱਗੇ ਜਾ ਕੇ ਇਹ ਸੰਧੂ ਧਰਮ ਕੰਡਾ ਆ ਜਿੱਥੇ ਖੜ੍ਹੇ ਸੀ ਜਿੱਥੇ ਹੋਇਆ ਸਾਰਾ ਕੁਛ ਅਜੇ ਗ੍ਰਿਫਤਾਰੀ ਕੋਈ ਨਹੀਂ ਜੀ ਕੇਸ ਦਰਜ ਕਰਕੇ ਤਫਤੀਸ਼ ਚੱਲ ਰਹੀ ਹੈ
ਬਿਲਕੁਲ ਸੱਚ, ਜੋਤਿਸ਼ ਇੱਕ ਵਿਦਿਆ ਇੱਕ ਸਾਇੰਸ। ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਦਾ ਸਾਰੀ ਦੁਨੀਆ ਨੂੰ ਖੁੱਲ੍ਹਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੀ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ ਵਿੱਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਤੁਹਾਡਾ ਮਨਚਾਹਿਆ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਾਉਣਾ ਚਾਹੁੰਦੇ ਹੋ ਲੋਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ? ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀ ਸਮੱਸਿਆ ਦਾ ਸਮਾਧਾਨ ਫੀਸ ਕਮ ਹੋਣ ਤੋਂ ਬਾਅਦ। ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਨੂੰ, ਜੋ ਕਰਦੇ ਨੇ ਮੁਫ਼ਤ ਸੇਵਾ ਮੁਫ਼ਤ ਸਮਾਧਾਨ।